ਫਿਰ ਦੇ ਟਾਈਮ ਨਾ ਰੌਣਕਾਂ ਜੀ ਥੋੜ੍ਹੀਆਂ ਜਿਹੀਆਂ ਘਟੀਆਂ ਪਈਆਂ ਨੇ ਸਾਹਮਣੇ ਹਾਜੀ ਸਾਹਿਬ ਜਨਾਬ ਮੋਟਰਸਾਈਕਲ 'ਤੇ ਲੱਦਣ ਲੱਗੇ ਆ ਬੱਚਿਆਂ ਨੂੰ ਲੈ ਕੇ ਚੱਲੇ ਆ ਕਾਲਜ ਸਕੂਲ। ਅਸੀਂ ਦੇਖਦੇ ਹਾਂ ਆਪਣੇ ਬਗੀਚੇ ਦੇ ਵਿੱਚ ਪਾਣੀ ਕਾਲੇ ਨੇ ਲਾ ਦਿੱਤਾ ਸੀਗਾ ਜਨਾਬ। ਮਿਰਚਾਂ ਦਾ ਇੱਕ ਬੂਟਾ ਲਾਇਆ ਹੋਇਆ ਸੀ, ਇਹਨੂੰ ਕਦੀ ਮਿਰਚਾਂ ਲੱਗ ਜਾਂਦੀਆਂ ਕਦੀ ਨਹੀਂ ਲੱਗਦੀਆਂ, ਅਤੇ ਅੱਜ ਸਾਨੂੰ ਕਲੀ ਵੀ ਕੋਈ ਨਜ਼ਰ ਨਹੀਂ ਆ ਰਹੀ। ਲੇਕਿਨ ਇਹ ਹੈ ਕਿ ਆਉਣ ਵਾਲੇ ਹੋ ਸਕਦਾ ਕਿ ਇੱਕ ਦੋ ਦਿਨਾਂ 'ਚ ਕਲੀਆਂ ਇੱਥੇ ਨਿਕਲ ਆਉਣ। ਜ਼ਬਰਦਸਤ ਹੋ ਗਿਆ ਗੁਲਾਬ ਦੇ ਬੂਟੇ ਵੀ ਮਾਸ਼ਾਅੱਲਾ ਹੁਣ ਸਹੀ ਜਿਹੜਾ ਰੰਗ ਫੜ ਰਹੇ ਆ, ਅਤੇ ਇੱਧਰ ਇਹ ਵੀ ਪੱਤੇ ਕੱਢਦਾ ਪਿਆ ਨਵੇਂ ਨਵੇਂ, ਜ਼ਬਰਦਸਤ ਖੂਬਸੂਰਤ ਹੋ ਗਿਆ। ਇੱਧਰ ਚਾਚਾ ਇੱਕ ਫਿਰਦਾ ਪਾਣੀ ਲਾਈ ਫੋਨ ਸੁਣਦਾ। ਅਬ ਆਹ ਲੀਮੂ ਦਾ ਬੂਟਾ ਮੈਂ ਲਾਇਆ ਸੀ ਬਾਬਾ ਅਰਸਾ ਪਹਿਲੇ, ਮਤਲਬ 2 ਸਾਲ ਤਾਂ ਹੋ ਗਏ ਨੇ ਇਹ, ਅਤੇ ਇੱਦਾਂ ਹੀ ਚੱਲਦਾ ਪਿਆ। ਪਤਾ ਨਹੀਂ ਇਹਨੂੰ ਕੀ ਰੌਲਾ ਕੀ ਨਹੀਂ ਰੌਲਾ, ਅੱਲਾ ਕਰੇ ਹੋ ਜਾਵੇ। ਅਤੇ ਬਕੈਣ ਵੀ ਬਾਬਾ ਸਾਡੀ ਜਿਹੜਾ ਹੋਈ ਖੜੀ ਆ, ਮਿਰਚਾਂ ਵੀ ਲਾਲ ਸੁਰਖ ਹੋ ਗਈਆਂ ਨੇ, ਅਤੇ ਇਹਨਾਂ ਨੂੰ ਹੁਣ ਆਖਰੀ ਪਾਣੀ ਲਾ ਕੇ ਫਿਰ ਇਹਨਾਂ ਨੂੰ ਪੱਟ ਲਵਾਂਗੇ, ਕੱਢ ਲਵਾਂਗੇ ਲਾਲ ਮਿਰਚਾਂ ਪਿਸਵਾਵਾਂਗੇ ਫਿਰ। ਅਤੇ ਬਾਕੀ ਇਹ ਬੇਲਾਂ ਨੇ ਤੋਰੀਆਂ ਸਹੀ, ਜਿਹੜਾ ਸ਼ਰੀਰ 'ਤੇ ਚੜ੍ਹੀ ਖੜੀ ਆ। ਐ ਕਿਤਨੀ ਵੱਡੀ ਸਾਰੀ ਤੋਰੀ ਲੱਗੀ ਹੋਈ ਹੈ ਉਸਤਾਦ, ਦੇਖੋ। ਇਸਕੇ ਹਮ ਬਣਾਏਗੇ ਬੀਜ, ਇੱਕ ਨਹੀਂ ਹੈ ਯੇ, ਇਸਕੇ ਸਾਥ ਇੱਕ ਹੋਰ ਵੀ ਹੈ, ਉਹ ਦੇਖੋ ਦੋ ਹੈ ਯੇ, ਹਮ ਇਨਕੇ ਬੀਜ ਬਣਾਏਗੇ। ਯੇ ਬੜਾ ਮਜ਼ਾ ਆਏਗਾ ਫਿਰ ਅਗਲੇ ਸਾਲ ਕੇ ਲੀਏ। ਅੱਲਾ ਪਾਕ ਤੇਰਾ ਲੱਖ ਲੱਖ ਸ਼ੁਕਰ ਹੈ ਜ਼ਿੰਦਗੀ 'ਚ ਤੂੰ ਸਾਨੂੰ ਇੱਕ ਹੋਰ ਖੂਬਸੂਰਤ ਦਿਨ ਦਿੱਤਾ, ਔਰ ਇਸ ਦਿਨ ਨੂੰ ਸਾਡੇ ਵਾਸਤੇ ਖੁਸ਼ੀਆਂ ਵਾਲਾ, ਬਰਕਤਾਂ ਵਾਲਾ, ਰਹਿਮਤਾਂ ਵਾਲਾ, ਔਰ ਬੇਪਨਾਹ ਤੰਦਰੁਸਤੀ ਵਾਲਾ ਬਣਾ ਦੇ। ਇਹਨਾਂ ਦੁਆਵਾਂ ਦੇ ਨਾਲ ਅੱਜ ਦੀ ਜਿਹੜੀ ਵੀਡੀਓ ਦਾ ਆਗਾਜ਼ ਕਰਦੇ ਹਾਂ ਅਸੀਂ। ਅਸਲਾਮੁ ਅਲੈਕੁਮ, ਮੈਂ ਤੁਹਾਡਾ ਆਪਣਾ ਮਿੱਠਾ ਸ਼ਾਹ, ਤੁਸੀਂ ਵੇਖ ਰਹੇ ਸ਼ਾਹਿਦ ਟੀਕੂ ਵਲੋਗ, ਅਤੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਮੈਂ। ਅੱਛਾ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਮੈਂ ਇਸ ਟਾਈਮ ਜਨਾਬ ਆਪਣੇ ਜਿਹੜਾ ਬਾਹਰ ਨਾ ਮੈਂ ਥੋੜ੍ਹੀ ਜਿਹੀ ਸਬਜ਼ੀ ਲਾਈ ਹੋਈ ਆ, ਪੌਦੇ ਛੋਦੇ ਲਾਏ ਹੋਏ, ਗ੍ਰੀਨਰੀ ਮਤਲਬ ਸਹੀ ਅੱਛੇ ਮੈਂ ਬੂਟੇ ਲਾਏ ਹੋਏ ਆ, ਉੱਥੇ ਖੜ੍ਹਾ ਸੀਗਾ। ਮੈਂ ਕਿਹਾ ਵੀਡੀਓ ਸਟਾਰਟ ਕਰ ਲਈਏ, ਫਿਰ ਹੁਣ ਜਾ ਰਹੇ ਹਾਂ ਡੇਲੀ ਦੀ ਜਿਹੜੀ ਰੂਟੀਨ ਆ ਉੱਧਰ ਡਿਊਟੀ 'ਤੇ, ਇਨਸ਼ਾਅੱਲਾ। ਬਸ ਹੁਣ ਤਿਆਰੀ ਕਰ ਲਈ ਆ, ਜਵਾਦ ਗਿਆ ਪੈਟਰੋਲ ਭਰਾਉਣ ਮੋਟਰਸਾਈਕਲ 'ਚ, ਉਹ ਆ ਜਾਂਦਾ ਅਤੇ ਫਿਰ ਇਨਸ਼ਾਅੱਲਾ ਅਸੀਂ ਜਾ ਰਹੇ ਡਿਊਟੀ 'ਤੇ ਜਨਾਬ। ਫਿਰ ਡਿਊਟੀ ਤੋਂ ਆ ਕੇ ਜੁਮੇ ਦਾ ਦਿਨ ਆ, ਤਾਂ ਇਨਸ਼ਾਅੱਲਾ ਕੋਈ ਗੱਪਸ਼ੱਪ ਵੀ ਲਾਉਂਦੇ ਹਾਂ, ਕੋਈ ਤੁਹਾਨੂੰ ਦੱਸਦੇ ਵੀ ਹਾਂ ਅਤੇ ਕੀ ਸੂਰਤ ਹਾਲ ਕੀ ਮਾਜਰਾ ਵਾ। ਅੱਜ ਜਨਾਬ ਮੈਂ ਟਾਈਮ ਨਾਲ ਆ ਗਿਆ ਸੀਗਾ ਘਰ, ਅਤੇ ਘਰ ਆ ਗਿਆ ਸੀ ਮੈਂ ਟਾਈਮ ਨਾਲ, ਅਤੇ ਅੱਜ ਇੱਕ ਸਾਡੇ ਇੱਥੇ ਵੀਰ ਜੀ ਆ ਰਹੇ ਸੀਗੇ, ਅਸੀਂ ਜਾਣਾ ਸੀ ਉੱਥੇ ਜੁਮਾ ਪੜ੍ਹਨ ਵਾਸਤੇ। ਨਾਲ ਮੇਰੇ ਅਜਨ ਸਾਹਿਬ ਆ, ਪਿੱਛੇ ਚੌਧਰੀ ਮਹਿਰ ਵੀ ਬੈਠਾ ਵਾ, ਅਤੇ ਪਿੱਤ ਮਾਰ ਰਿਹਾ ਵਾ, ਮਹਿਰ ਹੀ ਨਾ ਪਿੱਤ ਮਾਰਦਾ ਵਾ। جو اللہ کی عبادت کرتا ہے وہ یاد رکھے اللہ حی قیوم ہے، ان کو کبھی موت نہیں آنی۔ ਅੱਜ ਜੁਮੇ ਦੀ ਤਰ੍ਹਾਂ ਅਸੀਂ ਜੁਮਾ ਪੜ੍ਹ ਰਹੇ ਹਾਂ ਜਨਾਬ। ਜੁਮਾ ਪੜ੍ਹ ਕੇ ਆ ਕੇ ਘਰ ਪਹੁੰਚੇ ਅਤੇ ਗਰਮੀ ਨੇ ਹਾਲ ਇਹ ਕਰ ਦਿੱਤਾ ਜਿਹੜਾ ਤੁਹਾਡੇ ਸਾਹਮਣੇ ਹੈ। ਅੱਛਾ, ਹਰ ਜੁਮੇ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੰਗਰ ਜਿਹੜਾ ਨਾ ਚੌਲ ਬਣਾਈਏ, ਚੌਲ ਮਤਲਬ ਪਲਾਓ। ਬਸ ਹੁਣ ਦਸਤਰਖਾਨ ਲੱਗਣ ਲੱਗਿਆ ਅਤੇ ਤੁਹਾਨੂੰ ਖਾਂਦੇ ਹਾਂ ਅਸੀਂ ਚਾਵਲ ਖਾ ਕੇ। ਜਨਾਬ ਚਾਵਲ ਸਾਹਮਣੇ ਆਏ ਤੇ ਫਿਰ ਬੰਦਾ ਰਹਿ ਜਾਵੇ ਹੋ ਨਹੀਂ ਸਕਦਾ, ਨਾਲ ਨਾਲ ਮੌਜੂਦ ਹੈ ਇਸ ਟਾਈਮ। ਦਰ ਸਾਹਿਬ ਕੈਸੇ ਆਪ ਮਿਜ਼ਾਜ ਕੀ ਖਰੀ? ਕਿਆ ਹਾਲ ਹੈ? ਠੀਕ ਹੋ? ਠੀਕ ਹੈ। ਅੱਛਾ ਮਾਸ਼ਾਅੱਲਾ ਨਾਲ ਨੇ ਅਲਹਮਦੁਲਿਲਾਹ ਜਨਾ ਸਾਖੀ ਸਾਹਿਬ ਚੌਧਰੀ ਪੇਤਮਾਰ ਨਾਲ ਜਵਾਦ ਆ ਇਹ ਨਾ ਕਹਿ ਚਾਵਲ ਲੰਗਰ ਆ ਗਿਆ ਨਾਲ ਜਵਾਦ ਜੁਗਾੜੀ ਨਾਲ ਰਹਿਤਾ ਵਾ ਨਾਲ ਪਾਣੀ ਦੀਆਂ ਬੋਤਲਾਂ ਨੇ ਨਾਲ ਮੈਂ ਆ ਤੇ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਜਵਾਦ ਜੁਗਾੜ ਪਰ ਬਿਸਮਿਲ੍ਲਾਹ ਮਦੂਕੀ ਜਵਾਦ ਮਦੂਕੀ ਜ਼ਬਰਦਸਤ ਮਜ਼ਾ ਆ ਗਿਆ ਜਨਾਬ। ਇਹ ਅਸੀਂ ਹਰ ਜੁਮੇ ਸਪੈਸ਼ਲ ਸਾਡੀ ਇਹ ਦਾਵਤ ਹੁੰਦੀ ਆ, ਬਸ ਉਹ ਹੁਣ ਅਸੀਂ ਸਟਾਰਟ ਕਰ ਦਿੱਤੀ ਅਤੇ ਖਾਣ ਲੱਗੇ। ਅਗਲੇ ਜੁਮੇ ਤਾਂ ਨਹੀਂ ਹੋਣੀ, ਹਜ਼ਰਤ ਸਾਹਿਬ ਜਿਹੜੇ ਆ ਉਮਰੇ 'ਤੇ ਜਾ ਰਹੇ ਆ ਮਾਸ਼ਾਅੱਲਾ, ਅੱਲਾ ਪਾਕ ਕਬੂਲ ਫਰਮਾਏ, ਅਤੇ ਮੈਂ ਕਿ ਚਲੋ ਹਜ਼ਰਤ ਸਾਹਿਬ ਜਾਂਦੇ ਜਾਂਦੇ ਹੈ। ਆਹੋ ਠੀਕ ਆ ਜੀ, ਅਸੀਂ ਖਾ ਲਈਏ ਫਿਰ ਗੱਲਾਂ ਕਰਦੇ ਜਾਂਦੇ। ਕੱਲ੍ਹ ਜਨਾਬ ਜੁਮੇ ਤੋਂ ਬਾਅਦ ਜਦੋਂ ਅਸੀਂ ਖਾਣਾ ਖਾਧਾ, ਖਾਣਾ ਖਾਣ ਤੋਂ ਬਾਅਦ ਮੇਰੀ ਕੁਛ ਮਸਰੂਫੀਆਤ ਸੀ, ਮੈਂ ਉੱਧਰ ਬਿਜ਼ੀ ਹੋ ਗਿਆ, ਮੈਂ ਬਿਲਕੁਲ ਜਿਹੜਾ ਮੋਬਾਈਲ ਨੂੰ ਟਾਈਮ ਨਹੀਂ ਦੇ ਸਕਿਆ, ਵੀਡੀਓ ਨਹੀਂ ਬਣਾ ਸਕਿਆ।
और रूटीन बड़ी डिस्टर्ब जी हुई हुई है बिल्कुल, जरा ब्लॉगिंग दे जरा सिस्टम है ना सारा अप डाउन ते शदीद किस्म का खराब है मेरी। तुसी कहने होंगे कि लोकैलिटी मेरी इदा दी है ते नाले मेरी शक्ल भी कुछ इदा दी, मतलब आ वाल वूल और नहीं अल्लाह का शुक्र है। तो अज थो मैं न्याणे ने मिलाना, न्याणे देख पदर की करते खड़े। अस्सलाम वालेकुम। वालेकुम सलाम। कैसे हैं आप? ठीक हूँ। आप ठीक हैं? ऐशा आप ठीक हैं? हैं आप भी ठीक हैं? ऐशा आप ठीक हैं? अच्छा मोहित आप ठीक हैं? आज तो भाई मोहित भी आया हुआ, भाई मोहित आया हुआ। ऐसा करो सारे इधर करो, करो करो करो। आजा आजा तू भी आजा। न्याणिया दे नाल जिहड़ियां ना गप्पां ये मिठिया मिठिया मानियां चाहीदियां ने, मिठिया मिठिया। इदां कर इदां कर इदां करो इदां करो करे ओ इदां करो साडा एक साडी सोहणी जी भाण जी है उसवा उसवा। इधर देखिए उसवा, इधर देखो मोटा जा। साडे न्याणे ने ना जेड़े रेते ते खेड़दे पे पिछे मका, ओए रेता ना खराब करो, चल चल चलो चलो। अब्दुल्ला कैसे हो? ठीक हो? चलो चलो रेता ना खराब करो, चलो चलो। आ गया ना मामू, कुटूगा तुहानू सारिआं नू। मामू इधर बहुत मारते हैं बेटा, जाओ चले जाओ। अच्छा जनाब न्याण दियाँ थोड़ी दिखाइया गप्पा तो सारा मतलब इंजॉय करते पे है। ये जनाब ये लाइफ होंगी है जिद बिल्कुल न्याण किसी चीज़ की कोई खबर नहीं होंगी, तो रो के गल असी मनवा ली दी है। अच्छा जी मेरे पीछे देखो मौसम किड्डा खूबसूरत होया खड़ा वा, जबरदस्त ग्रेट सुपर हिट जी जी। मौसम जनाब वाह, ऐसे मौसम दे विच बंदे दे अपने हालात ठीक होण ते मौसम बहुत सुहाना ते चंगा लगदा वा। जे बंदे दे अपने हालात ना ठीक होण ते मौसम नू की बंदे ने अग लाउणी है जे चुल्हे पाउणा। खैर मौसम बंदे दे हालात नाल हुंदा वा ते हालात ओ बंदे ने आप मेहनत करके ठीक करने हुंदे। उहदे च असीं वी इक एफर्ट कोशिश च लगे होए हैं, साढ़े वास्ते बहुत सारियां दुआवां करिया करो और अपनी खुशी दुआवां याद रखिया करो। जनाब घरों सुनेहा आया सिलेंडर फिनिश हो गया, जाने जनाब सिलेंडर लैके सिलेंडर भरा के लिया। आज थोड़ी थोड़ी बारिश हुई, बारिश होने के बाद फिर मौसम एक दफ़ा से साफ हो गया। साफ़ होने के बाद जनाब ये खूबसूरत सा मौसम अभी बना खड़ा है, शाम का वक्त है और सूरज तकरीबन बिल्कुल ढलने को है, ख़त्म होने वाला है सूरज आज के दिन का। तो ये खूबसूरत मौसम और ये खूबसूरत सी शाम ये वाकई ही हमें ये बता रही है कि अगर ज़िंदगी आपकी खूबसूरत है, ज़िंदगी के हालात खूबसूरत हैं, तो आपके लिए हर चीज़ खूबसूरत है। अगर आपके पास आपके हालात ठीक नहीं हैं, आपकी ज़िंदगी में खुशहाली नहीं है, तो फिर आपको कोई भी मौसम हो, वो बहार का हो, ख़जां का हो, या बारिश के बाद कोसे कज़ा बनी हुई वो मौसम हो, आप कुछ भी इंजॉय नहीं कर सकते, आप उसका लुत्फ़ नहीं ले सकते। तो ज़िंदगी में हमेशा इंसान को एफ़र्ट्स करते रहना चाहिए, जहद मुसलसल के साथ ज़िंदगी को तब्दील करने की कोशिशों में लगे रहना चाहिए। जब आप ज़िंदगी को तब्दील करने की कोशिशों में लगे रहेंगे तो इंशाल्लाह एक दिन आपकी ज़िंदगी भी तब्दील हो जाएगी और हालात इतने अच्छे होंगे, साजगार होंगे कि आप यकीन माने आप सारे मौसमों के मज़े लेंगे। वो सर्दी में स्नोफॉल का मौसम हो या कोई भी मतलब मौसम हो तो उसका आप मज़ा लेंगे। तो अगर इस तरह के बादल भी थोड़े से बन जाएंगे तो आप इसको भी इंजॉय करेंगे। अगर इंसान के हालात ही अच्छे ना हों तो फिर वो किसी भी मौसम का मज़ा नहीं ले सकता। अगर वीडियो मेरी पसंद आए तो लाइक कमेंट प्यारा सा कर दीजिएगा और हमारी रहनुमाई भी फरमा दीजिएगा कि हमें मज़ीद इसमें क्या बेहतरी लानी चाहिए। जज़ाकल्लाह, अस्सलामु अलैकुम।
लो जनाब सिलेंडर मैं खोल लिया वा तो हूँ मैं लैके चला मल्लू मोड़ से इन भरा के लियाने कारी साहब न सद्या माशाल्लाह दे कपड़ा दे कपड़ा दे दो कपड़ा दे दो। सिलेंडर साफ हो गया कारी साहब ने चकवाया मैं क्या चको जी कारी साहब थोनों भी पता चले काम करन दा कारी साहब जवा दे जवा ओए चाबी किथे आ किथे आ अरे यार कमाल नहीं यार ये बंदा यार तुसी भी कमाल हो जेड़े दे दिने हो। हमने जनाब सिलेंडर धर लिया है मोटरसाइकिल ते और हम जा रहे हैं जो ना सिलेंडर च गैस भराने एपीजी की एलपीजी एलपीजी भराने जा रहे हैं। अच्छा जनाब हम जा रहे हैं तो जाके देखते हैं वहाँ पे क्या सूरत हाल है क्या रेट शेट आजकल चल रहा है। आजकल तो कांटे ही लग रहे हैं। जनाब आज बड़े दिन बाद ना असीं चौधरी गुलाम मुस्तफा को आए हैं इतने दुकान पर दुकान बंद की खड़े तो सुबह नु कारी साहब माशाल्लाह जा रहे उमरे ते अल्लाह पाक इन्हां नूं खैर सलामत ते अच्छे सफर मंगे ना वे ढोली जावे देख लावांगे आपां नहीं तो सिर्फ उत्ते पता की आ मेरे वाले दो देगां हो गईआं और मदनी वालेयां दा भी हो गया। चल तू ए दुआ करनी है भाई मोबाइल वाला काम जिहड़ा ए करदा पिआ इहनूं कामयाबी मिल जावे बस मेरीआं बुखार चुलटियां नहीं आउंदियां एदां ही आया करदा मोबाइल देखे तां ਜਿਵੇਂ ਮਲੇਰੀਏ ਬੁਖਾਰ 'ਚ ਉਲਟੀਆਂ ਹੁੰਦੀਆਂ ਨੇ ਨਾ ਇੱਦਾਂ ਇਹਨੂੰ ਉਲਟੀਆਂ ਆਉਣ ਜਦੋਂ ਮੋਬਾਈਲ ਵੱਲ ਦੇਖੇ ਕਿਹੜਾ ਜਨਾਬ ਗੁਲਾਮ ਮੁਸਤਫਾ ਸ਼ਾਕਰ ਸਾਹਿਬ ਦਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸੋ ਮੱਚ ਜਨਾਬ ਅਸੀਂ ਜਦੋਂ ਸਿਲੰਡਰ ਭਰਾ ਕੇ ਆਏ ਨਾ ਉਸ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਮਸਰੂਫੀਅਤ ਸੀ ਉੱਧਰ ਮੈਂ ਬਿਜ਼ੀ ਹੋ ਗਿਆ ਕਾਰੀ ਸਾਹਿਬ ਕੋਲ ਖੜੇ ਹਾਂ ਸੁਬਹਾ ਨੂੰ ਅੱਲਾ ਖੈਰ ਕਰੇ ਕਾਰੀ ਸਾਹਿਬ ਜਾ ਰਹੇ ਆ ਉਹ ਇੱਕ ਲਹਿਦਾ ਵਲੌਗ ਹੋਏਗਾ ਬੜਾ ਜ਼ਬਰਦਸਤ ਕਿਸਮ ਦਾ ਉਹ ਤੁਸੀਂ ਜ਼ਰੂਰ ਦੇਖਿਓ ਹਾਜ ਸਾਹਿਬ ਵੀ ਸਾਡੇ ਕੋਲ ਖੜੇ ਹਾਜ ਸਾਹਿਬ ਸੁਣਾਓ ਸਭ ਖੈਰ ਵਾਫੀਅਤ ਵਿੱਚ ਨਜ਼ਰ ਹੀ ਨਹੀਂ ਆਉਂਦੇ ਭਾਈ ਯਾਰ ਪੂਰੇ ਝੰਗ ਦੇ ਫੁੱਲ ਹਾਂ ਇੱਕ ਵੀ ਨਾ ਬਚੇ ਨਹੀਂ ਯਾਰ ਇੱਧਰ ਸਿਵਲ ਹਸਪਤਾਲ ਵੱਲੋਂ ਵੀ ਲੈ ਲਿਓ ਇੱਕ ਫੱਟਾ ਉੱਥੇ ਵੀ ਲੱਗਾ ਅਸੀਂ ਸੁਬਹਾ ਨੂੰ ਤਾਂ ਨਹੀਂ ਲਿਆਉਂਦੇ ਸੁਬਹਾ ਨੂੰ ਵੀ ਲਿਆਈਏ ਪਤਾ ਨਹੀਂ ਦੇਖੋ ਖਰਚਾ ਹੀ ਕਰਨਾ ਤੁਸੀਂ ਚੁੱਪ ਕਰਕੇ ਚੱਲ ਜਾ ਚਲੋ ਜੀ ਅਸੀਂ ਸੁਬਹਾ ਨੂੰ ਲਿਆਉਂਦੇ ਫੁੱਲ ਚੌਧਰੀ ਸਾਹਿਬ ਸੁਬਹਾ ਨੂੰ ਆਪਾਂ ਜਾਣਾ 3 ਵਜੇ ਚੌਧਰੀ ਵਾਲਿਆਂ ਦਾ ਨਾਸ਼ਤਾ ਮੇਰੇ ਆਖਰੀ ਵਾਰੀ ਆਇਆ ਨਾ ਬਲੋਚ ਟਾਈਮ ਨੇ ਮੈਨੂੰ ਲੈ ਮੈਂ ਉੱਥੇ ਚੌਕ ਮੁੰਡਾ ਬੈਠਾ ਤੇ ਮੁਸਤਫਾ ਮੋਟਰਸਾਈਕਲ ਹੀ ਕੱਢਦਾ ਰਹਿ ਗਿਆ ਤੇ ਮੈਂ ਉੱਤਰ ਵੀ ਗਿਆ ਹੈ ਚੌਧਰੀ ਸਾਹਿਬ ਸੁਬਹਾ ਨੂੰ ਮੇਰੀ ਇਹ ਬਾਰੀ 'ਚ ਨਾ ਮੈਂ ਜਦੋਂ ਉਤਰਨ ਲੱਗਿਆ ਨਾ ਸਾਹਮਣੇ ਹੀ ਇਹ ਬਾਰੀ 'ਚੋਂ ਮੋਟਰਸਾਈਕਲ ਕੱਢੀ ਆਵੇ ਤੂੰ ਮੈਨੂੰ ਕਿਹਾ ਨਹੀਂ ਰੋਕ ਰੋਕ ਉਹਨੇ ਬਹੁਤ ਠੰਡੀ ਉਹਨਾਂ ਨੇ ਅੱਛਾ ਸਾਰਿਆਂ ਨੇ ਜਰਸੀਆਂ ਪਾਈਆਂ ਠੰਡ ਹੋਵੇ ਮੈਂ ਇਕੱਲੇ ਹੀ ਕੋਈ ਨਹੀਂ ਕਹੀ ਸ਼ਾਇਦ ਮੇਰੇ ਅੱਛਾ ਜਦੋਂ ਹਾਜੀ ਸਾਹਿਬ ਸੋਦੀਆ 'ਚੋਂ ਆਖਰੀ ਵਾਰੀ ਆਏ ਸੀ ਨਾ ਉਹ ਆਪਣੀ ਰੂਹ ਦਾਤ ਸੁਣਾ ਰਹੇ ਆ ਬੰਦਾ ਦੇਖਿਆ ਕਿ ਛੋਟਿਆਂ ਤੋਂ ਲਾ ਕੇ ਵੱਡੀ ਉਮਰ ਤੱਕ ਬੁੱਢਾ ਹੀ ਰਹੇ ਸੁਣੀ ਉਹ ਗੱਲ ਸੁਣੀ ਨਹੀਂ ਸੁਣੀ ਅੱਛਾ ਜਨਾਬ ਬੁੱਢਾ ਹੀ ਰਹੇ ਅੱਛਾ ਜਨਾਬ ਖੈਰ ਅੱਜ ਦੀ ਵੀਡੀਓ 'ਚ ਇਹ ਹੰਸੀ ਮਜ਼ਾਕ ਪਿਆਰ ਮੁਹੱਬਤ ਦੀਆਂ ਗੱਲਾਂ ਨਿਆਣਿਆਂ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਤੁਸੀਂ ਦੇਖੀਆਂ ਉਮੀਦ ਹੈ ਪਸੰਦ ਆਊਗਾ ਇਹਦਾ ਵਲੌਗ ਇਨਸ਼ਾਅੱਲਾ ਮਿਲਾਂਗੇ ਇੱਕ ਹੋਰ ਨਵੇਂ ਵਲੌਗ 'ਚ ਉਦੋਂ ਤੱਕ ਦਿਓ ਇਜਾਜ਼ਤ ਕਾਰੀ ਸਾਹਿਬ ਦੇ ਨਾਲ ਨਾਲ ਸਾਡਾ ਹਾਫਿਜ਼ ਤਸੀਫ ਸਾਹਿਬ ਨਾਲ ਗੁਲਾਮ ਮੁਸਤਫਾ ਸ਼ਾਕਰ ਸਾਹਿਬ ਅੱਛਾ ਜੀ ਬਾਏ ਬਾਏ ਕਰ ਦਿਓ ਯਾਰ ਕੁਛ ਨਹੀਂ ਹੋਣ ਲੱਗਿਆ ਬਾਏ ਬਾਏ ਅੱਲਾ ਹਾਫਿਜ਼।